ਕਿਆ ਕਰ ਰਹੇ ਹੋ ਜਰਾਂਬ? ਥੋੜਾ ਜਿਹਾ ਮੈਡੀਕਲ ਸੁਣ। ਓਏ ਨਹੀਂ ਭਾਈ ਮੈਂ ਕੱਖ ਨਾ। ਯਾਰ ਇੱਕੜਾ ਤਰੀਕਾ ਆਇਆ ਜੀ ਨਾ। ਯਾਰ ਇੱਕ ਛਿੱਸੀ ਬੋਤਲ ਇੱਕ ਬੋਤਲ ਇੱਕ ਛਿੱਸੀ। ਦਿਮਾਗ ਖਰਾਬ ਹੋ ਗਿਆ ਤੁਹਾਡਾ। ਓਏ ਗੱਲ। ਜੀ ਭਾਈ ਜਾਨ। ਜੀ ਗੋਲ ਤੋੜੀ ਜਾਣਾ ਸਕਦੇ ਅੱਗੇ ਲੈ ਚਲੋ। ਓ ਬੈਠੋ। ਅਲਸਲਾਮੁਅਲੈਕੁਮ। ਫਿਰ ਸੇ ਠੀਕ ਹੈ। ਠੀਕ। ਮਾਸ਼ੱਲਾ ਲਾਹੁ ਸ਼ੁਕਰ ਹੈ। ਮੈਂ ਆਰਐਕਸੀ ਬਿਠਾਣਾ ਨਹੀਂ। ਜੀ ਜੀ। ਲੇਕਿਨ ਤੁਸੀਂ ਥੋੜਾ ਜਿਹਾ ਮੀਟ ਲਗਾ ਕੇ ਤੁਸੀਂ ਬੰਦੇ ਅੱਛੇ ਹੋ। ਜੀ। मेरी बड़ी मजबूती नहीं गल होनी है कि हर किसी गाड़ी नहीं बिठाना चाहिए क्या नहीं करना चाहिए गाड़ी नहीं बिठाना चाहिए जी ये गलत दुरुस्त है जी हर कोई बंदा एक जैसा थोड़ा होना है टाइप ने बंदे ने लबी जाने ना आई वक्त ऐसा आया सही फरमा एक तो, सेकंड तो, सर एक सेकंड आए क्या गल है क्या परेशानी है कुछ नहीं जी बस ਥੋੜਾ ਮੂੜੇ ਔਰ ਤਰ੍ਹਾਂ ਨਾ ਮਾਜ ਮੜਾ ਅੱਛਾ ਅੱਛਾ ਇਹ ਕੋ ਪਰੇਸ਼ਾਨੀ ਹੈ ਕਿਆ ਨਾਮ ਹੈ ਸਰ ਤੁਸਨ ਜੀ ਮੇਰਾ ਨਾਮ ਨਜ਼ਾਮ ਹੈ ਨਜ਼ਾਮ ਸਾਹਿਬ ਮੈਂ ਗੱਲ ਤੁਸੈ ਐਕਚੁਅਲੀ ਦੱਸਣਾ ਚਾਹਣਾ ਜੀ ਜੀ ਮਸ਼ਫਰਾ ਹੋਣਾ ਚਾਹੀਦਾ ਨਾ ਬੰਦੇ ਦਾ ਬਿਲਕੁਲ ਜ਼ਰੂਰ ਪੁੱਛਣਾ ਚਾਹੀਦਾ ਜੀ ਦੁਨੀਆ ਦਾ ਨਿਜ਼ਾਮ ਬਹੁਤ ਖਰਾਬ ਹੈ ਠੀਕ ਠੀਕ ਦੁਨੀਆ ਦਾ ਨਿਜ਼ਾਮ ਜਿਹੜਾ ਨਿਜ਼ਾਮ ਖਰਾਬ ਹੈ ਬਹੁਤ ਖਰਾਬ ਹੈ ਠੀਕ ਟੂ ਮੱਚ ਬਹੁਤ ਜ਼ਿਆਦਾ इंग्लिश इंग्लिश माशाल्लाह ठीक तो समय इंग्लिश जी हाँ हां इंग्लिश टू मच थोड़ी बहुत ही आनी है हम्म जी चक्कर है कि मैं तुझसे तो एक पूछना रचना इंतजाम साहब जी के एक तुम ही सलाह दियो कि एक आदमी जड़ा वो मजबूर वे जी जी ठीक है नहीं के वे मजबूर वे मजबूर वे लग जाए बीमार वे हॉस्पिटल ही दाखिल वे सीरियस वे बंदा ठीक है नहीं? जी जी ਡਾਕਟਰ ਆਖਣ ਕਿ ਇਸ ਬੰਦੇ ਦੀ ਖੂਨ ਚਾਹੀਨਾ ਔਰ ਦੁਨੀਆ ਜਿਹੜੀ ਹੈ ਉਹ ਦੂਰ ਨਸ ਨਹੀਂ ਹੈ ਕਿ ਅਸੀਂ ਸੀ ਖੂਨ ਨਹੀਂ ਦੇਣੇ ਅਸੀਂ ਸੀ ਖੂਨ ਨਹੀਂ ਦੇਣੇ ਰਿਸ਼ਤੇਦਾਰ ਸਕੇ ਪਾਈ ਪਣੀਏ ਹਰ ਆਦਮੀ ਜਿਹੜਾ ਖੂਨ ਤੋਂ ਨਸਣਾ ਹੈ ਠੀਕ ਜੀ ਜੀ ਪਹਿਲਾ ਫਰਜ਼ ਕੁਛ ਨਾ ਹੋਣਾ ਰਿਸ਼ਤੇਦਾਰਾਂ ਦਾ ਰਿਸ਼ਤੇਦਾਰਾਂ ਨੂੰ ਜੀ ਬਿਲਕੁਲ ਆਪਣੇ ਘਰ ਦੇ ਕਰ ਰਹੇ ਬੰਦਿਆਂ ਨੂੰ ਕਾਰਨ ਬੰਦੇ ਨੇ ਬਿਲਕੁਲ ਸੰਗ ਦੀ ਲੋਗੀ ਹੈ ਦੁਨੀਆ ਜੀ ਕੋਈ ਖੂਨ ਦੇਣ ਵਾਸਤੇ ਤਿਆਰ ਹੋਣਾ ਬਹੁਤ ਮੁਸ਼ਕਲ ਹੈ ਜੀ ਦੌਰ ਵਿੱਚ ਬਹੁਤ ਮੁਸ਼ਕਲ ਲੇਕਿਨ ਤੁਸਾਂ ਨੇ ਸਾਹਮਣੇ ਕੀ ਹੈ ਖੂਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਜੇ ਮਾਰੇ ਖਿਆਲ ਨਾਲ ਦਾ ਇਨਸਾਨ ਹੀ ਦੇਣਾ ਚਾਹੀਦਾ ਜੀ ਖੂਨ ਦੇਣਾ ਚਾਹੀਦਾ ਜਿਹੜਾ ਬੰਦਾ ਠੀਕ ਠਾਕ ਵੈਸੇ ਤੋਂ ਮੰਦ ਹੈ ਜਿਸਨੇ ਉੱਪਰ ਅੱਲਾ ਦਾ ਕਰਮ ਹੈ ਨਾ ਜੀ ਤੇ ਉਹ ਅਗਰ ਖੂਨ ਦਾ ਦੋਸੀ ਕੋਈ ਪਰੇਸ਼ਾਨੀ ਨਹੀਂ ਸੀ ਦੇਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਨਾਲ ਦੇਣਾ ਚਾਹੀਦਾ ਉਹ ਭਾਵੇਂ ਰਿਸ਼ਤੇਦਾਰ ਵੈ ਕੋ ਹਸਪਤਾਲ ਵੀ ਜਾਣਾ ਹੋਵੇ ਉਹ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਜੀ ਠੀਕ ਹੈ ਨਹੀਂ ਇੱਕ ਇਨਸਾਨੀ ਫਰਜ਼ ਬਣਨਾ ਹੈ ਸਾਡਾ ਕਿ ਆਸ ਚਲੋ ਕਿਸੇ ਨੇ ਜਾਨ ਬਚਾਵਾ ਅਸਾਂ ਹੀ ਅੱਲਾ ਖੂਨ ਦਿੱਤਾ ਆ ਸਕਿਆ ਦਿਆ ਬੰਦੇ ਦੀ ਜਾਨ ਬਚਾ ਪਾਈ ਜੀ ਬਿਲਕੁਲ ਕਿਸੇ ਬਲਾਦਰੀ ਨਾਲ ਵੀ ਵੈ ਨਾ ਜੀ ਖੂਨ ਨਾ ਕਹਿ ਖੂਨ ਜਿਹੜਾ ਹੈ ਉਸੇ ਦੇਣਾ ਚਾਹੀਦਾ ਖੂਨ ਨਾ ਕਹਿ ਖੂਨ ਬਣੀ ਜਾਣਾ ਮੁੜੀ ਦਾ ਬਿਲਕੁਲ ਇੱਕ ਮਹੀਨੇ ਚ ਖੂਨ ਮੁੜੀ ਦਾ ਬਣ ਜਾਣਾ ਜੀ ਜੀ ਹੈ ਨਹੀਂ ਬਿਲਕੁਲ ਲੇਕਿਨ ਅੱਜ ਨਾ ਸਿਸਟਮ ਦੇਖੋ ਤੁਸੀਂ ਜੀ ਲੋਕਾਂ ਦੀ ਗੱਲਾਂ ਦੇਖੋ ٹھیک ٹھیک ہے ایک کمینے پن یاد دیکھو جی کہ لو ایک آدمی اگر صحت مند پریوار وچ او دوسرے پریوار نے بندے ہی بلڈ نہیں دے لیا جی اے انسانیت نے ناتے نال غلط ہے جی اسی سوچنا چاہیے نا کہ ایک پریوار دی جان بچانی ضروری ہے تے اسی خون دینا چاہیے نا جناب کتنی سمجھدار گل کر رہے ہو ساڈا نام کیا جی ساڈا میں تعارف نہیں ہوا نا نا اے بہت اچھی گل پوچھیت سا نا وچ کچھ نہیں رکھیا ہونا ਤੁਸਮੀ ਮੁੰਸ਼ੀ ਕਾਕਾ ਬਿੱਲਾ ਬਿੱਟੂ ਕੁਝ ਵੀ ਆਹੋ ਉਹ ਮਸਲਾ ਨਹੀਂ ਠੀਕ ਨਾ ਹਮ ਸਭ ਇੱਕ ਪ੍ਰੋਬਲਮ ਹੈ ਜੀ ਜੀ ਤਾਕਰ ਤੁਸੀਂ ਇਨਸਾਨੀਅਤ ਨਾ ਤਿਆਲ ਕਰ ਛਡੋ ਬਹੁਤ ਬਹੁਤ ਬੜੀ ਖਿੰਦ ਤੇ ਖਲਕ ਹੈ ਠੀਕ ਜੀ ਮੇਰਾ ਗਮੰਡ ਹੀ ਇਹ ਕਹਦਾ ਥੋੜਾ ਬਿਮਾਰ ਸਾ ਠੀਕ ਹੈ ਆਇਆ ਕੁਥੈ ਆਲਾ ਮੈਂਡਰ ਹਸਪੀਟਲ ਚ ਠੀਕ ਠੀਕ ਮੈਂ ਇਸਲੇ ਆਪਣੇ ਗੋਲਦਰ ਕੀ ਆ ਮੜਿਆ ਮਾ ਜੀ ਦਿਮਾਗ ਨਹੀਂ ਕੰਮ ਕਰਨਾ ਮੈਂ ਜਾਣਾ ਮੋੜੀ ਕੁਥੈ ਹਸਪੀਟਲ ਠੀਕ ਹੈ ਦਿਮਾਗ ਹੀ ਸਵਸਥ ਨਹੀਂ ਕੰਮ ਕਰ ਰਿਹਾ ਕਿ ਬੰਦਾ ਸੀਰੀਅਸ ਹੈ ਠੀਕ ਹੈ ਤੇ ਇਹ ਗੱਲ ਮੈਂ ਤੁਸੀਂ ਪਹਿਲੇ ਹਾਸ਼ਵਨਸ ਮੈਂ ਅੰਦਰੋਂ ਦੁਖੀ ਹਾਂ ਕੁੱਤੂ ਜੀ ਜੀ ਅੰਦਰੋਂ ਅੰਦਰੋਂ ਇਹਨਾਂ ਨੂੰ ਸੋਚੋ ਕਿ ਇਹ ਬੰਦਾ ਆਂਤੜੀਆਂ ਵਿੱਚੋਂ ਦੁਖੀ ਹੈ ਫੇਫੜਿਆਂ ਵਿੱਚੋਂ ਦੁਖੀ ਹੈ ਜਾਂ ਪਿੱਤੇ ਵਿੱਚੋਂ ਜਾਂ ਲਾਲੀ ਵਿੱਚੋਂ ਮੈਂ ਦਿਲੋਂ ਦੁਖੀ ਜੀ ਜੀ ਕੁੱਤੂ ਦੁਖੀ ਹਾਂ ਦਿਲੋਂ ਦੁਖੀ ਹੋ ਦਿਲੋਂ ਦੁਖੀ ਜੀ ਕਿਉਂ ਬੰਦਾ ਹਸਪੀਟਲ ਹੀ ਚ ਹੈ ਅੱਛਾ 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 ਔਰ ਫਰਜ਼ ਕੀ ਹੈ ਸਾਡਾ ਇਨਸਾਨੀ के बंदे ही बचाना है बंदे बचाना ठीक है बिल्कुल तुसा तो बहुत अच्छीयां बातां केतियां जी बहुत अच्छीयां गल्लां केतियां जी मेरा दिल खुश हो गया ठीक ठीक एक सेकंड है था बड़ा फोन है एक सेकंड जी फोन ने करना मैं फिर हेलो जी जी ਦੋ ਦੋ ਬੋਤਲਾਂ ਜਿਹੜਾ ਇੰਤਜ਼ਾਮ ਹੋਈ ਜਾਸੀ ਤਾਂ ਬਾਕੀ ਚਲੋ ਦੇਖਨੇ ਆ ਅੱਗੇ ਜਿਹੜਾ ਕੋਈ ਡਾਕਟਰ ਆਖਨੇ ਜੀ ਜੀ ਹਾਂ ਹਾਂ ਬੰਦਾ ਆਹੋ ਮਿਲਿਆ ਬੰਦਾ ਦੋ ਬੋਤਲਾਂ ਜਿਹੜੀਆਂ ਉਹ ਮੇਰੇ ਤਰਫੋਂ ਬਾਕੀ ਤੁਸੀਂ ਜਿਹੜਾ ਅੱਗੇ ਕੋਈ ਸਿਲਸਿਲਾ ਹੋਇਆ ਤਾਂ ਉਹ ਭਾਈ ਥਮੇ ਇਨਿਆ ਜਾ ਇੱਕ ਇੱਕ ਇਨਸਾਨ ਦੋ ਹੀ ਬੋਤਲਾਂ ਕਰੀ ਸਕਦਾ ਕੀ ਹਾਲ ਹੈ ਉਹ ਦੋ ਬੋਤਲਾਂ ਹੋਈ ਜਾਸਣੀਆਂ ਹੋ ਜਾਸਣ ਦੋ ਬੋਤਲਾਂ ਇਤਨੀ ਜ਼ਰੂਰਤ ਹੈ ਬੰਦੇ ਜਿਉਂ ਤੈਨੂੰ ਜ਼ਰੂਰਤ ਨੇ ਸਾਵਰੋ ਸੀ ਨਾ ਉਸ ਰਾਹ ਦਾ ਚਾਰ ਪੰਜ ਲੋਡ ਨਹੀਂ ਦੋ ਮੇਰੀ ਤਰਫ ਹੋ ਜਾਣੇ ਠੀਕ ਆ ਦੋ ਬੋਤਲਾਂ ਜੀ ਸਾਡੀ ਤਰਫੋਂ ਦੋ ਬੋਤਲਾਂ ਰੱਖੋ ਤੁਸੀਂ ਠੀਕ ਹੈ ਠੀਕ ਠੀਕ ਹੈ ਠੀਕ ਹੈ ਮੈਂ ਕਰਨਾ ਬਾਅਦ ਹੀ ਫੋਨ ਓਕੇ ਓਕੇ ਅਸਲਾਮੁਅਲੈਕ ਭਈਆ ਕੋਈ ਗਾੜਨਾ ਹਾਂ ਜੀ ਕੋਈ ਗਾੜ ਹਾਂ ਜਿਗਾਰਡ ਹੈ ਇਹ ਤੁਸਾਂ ਆਖਿਆ ਨਾ ਕਿ ਇਨਸਾਨੀਅਤ ਦੇ ਨਾਤੇ ਖੂਨ ਦੇਣਾ ਚਾਹੀਦਾ ਮੈਂ ਉਥੋਂ ਅੱਗੇ ਚੱਲਨੇ ਮੋੜ 'ਚ ਗੱਡੀ ਮੋੜਨੇ ਆ ਜੀ ਜੀ ਚੱਲਨੇ ਆ ਮੀਟਰ ਠੀਕ ਠੀਕ ਹੈ ਜੀ ਅਥੋੜਾ ਤੁਸ ਖੂਨ ਦੇ ਤਾ ਮੁੜ ਕੇ ਆਪਣੇ ਮੈਂ ਤੁਸ ਹੀ ਮੇ ਆ ਪਛੋੜਾ ਸਾਂ ਮੈਂ ਮੁੜ ਕੇ ਤੁਸ ਹੀ ਆਪੇ ਗੋਲ ਛੋੜ ਛੋੜ ਸਾਂ ਉਹ ਜਨਾਬ ਮੈਂ ਕਿ ਤੂੰ ਖੋਲ ਦਿਆਂ ਰੁਕੋ ਤਾਂ ਸਹੀ ਜਨਾਬ ਰੁਕੋ ਦੇ ਸਹੀ ਰੁਕੋ ਪਹਿਲਾਂ ਗੱਲ ਦ ਸੁਣੋ ਮੇਰੇ ਅਥੋਪਰ ਗੱਡੀ ਮੋੜਨੇ ਆ ਨਾ ਅਸਾਂ ਹੀ ਪਤਾ ਬੰਦਾ ਬਹੁਤ ਐਮਰਜੈਂਸੀ ਵਿੱਚ ਹੈ ਜਨਾਬ ਬੰਦਾ ਇਤਨਾ ਸੀਰੀਅਸ ਹੈ ਨਾ ਮੈਂ ਅਥ ਸਾਡੀ ਗੱਲ ਸੁਣੋ ਨਾ ਬੰਦਾ ਇਸ ਤਰ੍ਹਾਂ ਹੀ ਸੇ ਕਰਨੇ ਆ ਜਨਾਬ ਬਹੁਤ ਬਹੁਤ ਸੀਰੀਅਸ ਮੈਂ ਮਨਾ ਅਥ ਸਾਡੀ ਗੱਲ ਜਨਾਬ ਮੇ ਤੁਸ ਮਾੜੀ ਵੀ ਦਾ ਸੁਣੋ ਨਾ ਮੀ ਕੋ ਕਾਰ ਨਹੀਂ ਪਰੇਸ਼ਾਨੀ ਸੀ ਤਾਂ ਮੈਂ ਸਾਡੇ ਤਾਂ ਸਾਡੇ ਕੋਲ ਲਿਫਟ ਮੰਗੀ ਸੀ ਠੀਕ ਹੈ ਤੇ ਮੀ ਅਗਰ ਕਾਰ ਨਹੀਂ ਪਰੇਸ਼ਾਨੀ ਨਾ ਤਾਂ ਮੈਂ ਤਾਂ ਸਾਡੇ ਨਾਲ ਚਲਾਇਆ ਕੋਈ ਚੱਕਰ ਨਹੀਂ ਸਾ ਲੇਕਿਨ ਗੱਲ ਇਹ ਹੈ ਕਿ ਮੇ ਇਸ ਟਾਈਮ ਥੋੜਾ ਜਿਹਾ ਕਾਰ ਨਹੀਂ ਪਰੇਸ਼ਾਨੀ ਹੈ ਤਾਂ ਮੈ ਜਾਣਾ ਜਲਦੀ ਹੈ ਤੇ ਲਿਆਜ਼ਾ ਤੁਸ ਮੀ ਮਾਫ ਕਰੋ ਅਗਰ ਤੁਸ ਛੋੜਨੇ ਤਾਂ ਠੀਕ ਹੈ ਤਾਂ ਨਹੀਂ ਵੀ ਅੱਧਰ ਚਲਾ ਜਾਸਾਂ ਬਸ ਨੀਲੀ ਫੂਕ ਇਹਦੇ بڑے بڑے ਲੈਕਚਰ ਦੇਣੇ ਸਰ ਜੀ ਅਸਾਂ ਇਨਸਾਨੀਅਤ ਪਛਾਨਣੀ ਚਾਹੀਣੀ ਅਸਾਂ ਖੂਨ ਦੇਣਾ ਚਾਹੀਦਾ ਫਲਾਨ ਸਰ ਇਸ ਮਸਲੇ ਹੀ ਹਰ ਆਦਮੀ ਕਮੀਨਾ ਬਣ ਕਰ ਜਾਣਾ ਇੱਕ ਹੀ ਚੱਕਰ ਹੈ ਤੁਸਾਂ ਸਮਝਣਾ ਚਾਹੀਦਾ ਕਿ ਅਗਰ ਇਨਸਾਨ ਹਸਪੀਟਲ ਹੋਰ ਮੈਂ ਤੁਸਾਂ ਹੀ ਫੋਨ ਵਰ ਜਲਾ ਫੋਨ ਵਰ ਗੱਲ ਕੀਤੀ ਹੈ ਮੈਂ ਮੈਂ ਆਖਿਆ ਦੋ ਬੋਤਲਾਂ ਇੰਚਾਮ ਹੋ ਜਾ ਤੁਸੀਂ ਕਿ ਆਖਿਆ ਹੋ ਜਾ ਸੀ ਹੋ ਜਾ ਮੀਂਹ ਕਿਹ ਪਤਾ ਸਰ ਤੁਸੀਂ ਮੀਂਹ ਲੈ ਕੇ ਚਲ ਸੋ ਯਾਰ ਖਾਲੀ ਤੁਸੀਂ ਨਹੀਂ ਦੋ ਬੋਤਲਾਂ ਕਢਣੀਆਂ ਨਾ ਬਾਕੀ ਤਾਂ ਔਰੇਂਜ ਕਰ ਲੈ ਸੰਨਾ ਉਹ ਜਨਾਬ ਤਾਂ ਤੁਸੀਂ ਕੀ ਕਰੋ ਨਾ ਮੈਂ ਆਪਣੀ ਮੈਂ ਦੋ ਬੋਤਲਾਂ ਕਿਧੂ ਦੇਸਾਂਗਾ ਤੁਸ ਕਮਾਲ ਕਰਦੇ ਹੋ ਮੇਰੀ ਹਾਲਤ ਦੇਖੋ ਮੇਰੀ ਕੰਡੀਸ਼ਨ ਦੇਖੋ ਤੁਸ ਆਪੋ ਸੋਚੋ ਨਾ ਦੋ ਉਹ ਦੋ ਪੀਪੇ ਸੰਗਾ ਸਰ ਸਰ ਦੋ ਪੀਪੇ ਦੇ ਨਿਕੜਨੇ ਦੋ ਬੋਤਲਾਂ ਕੜਨੀਆਂ ਇਹ ਤਨੀ ਨਹੀਂ ਬੋਤਲਾਂ ਨੇ ਇਤਨੀ ਇਹ ਇਤਨੀ ਬੋਤਲਾਂ ਨੇ ਉਹ ਜਨਾਬ ਦੋ ਬੋਤਲਾਂ ਕੋ ਤੁਸ ਨਹੀਂ ਆ ਤੁਸ ਆਪੋ ਵੀ ਤਾਂ ਦੇ ਸਕਦੇ ਹੋ ਦੇਖੋ ਨਾ ਮੇ ਮੇਰਾ ਖੂਨ ਜੀ ਜੀ ਮੈਂ ਦਿਆਂ ਬਿਲਕੁਲ ਹੌਸ਼ ਹੈ ਦਿਮਾਗ ਖਾਣੇ ਤੁਸ ਨਾ ਨਹੀਂ ਤੁਸ ਇਹ ਤਾਂ ਦੇਣਾ ਚਾਹੀਦਾ ਨਾ ਯਾਰ ਤੇਰਾ ਦਿਮਾਗ ਠੀਕ ਹੈ ਮੇਰਾ ਖੂਨ ਹੈ ਬਾੜ ਲੜਾ ਪਤਾ ਹੈ ਬੰਦੇ ਹੀ ਪਈ ਜਾਂ ਬੰਦਾ ਕੱਲ ਬਲ ਹੋਈ ਜਾਂ ਸਿਰ ਚੀਰੀ ਛੋਟੀ ਲੋਕਾਂ ਨਾਲ ਮਾੜਾ ਖੂਨ ਹੋ ਰਤਾ ਨਾ ਤਪਨਾ ਹੀ ਮਾਰਾ ਖੂਨ ਠੀਕ ਠਾਕ 12 ਵਜੇ ਬਾਅਦ ਮੈਂ ਖੂਨ ਹੀ ਜੋ ਕਾਬੂ ਕਰੀ ਕਰੀ ਤੇ ਮਰ ਜਾਣਾ ਕੀ ਕਰਨੇ ਜਨਾਬ ਇਹ ਤਾਂ ਤੁਸੀਂ ਮਿਲੋ ਪਰੇਸ਼ਾਨੀ ਵੀ ਬਾਈ ਛੋੜਿਆ ਜਨਾਬ ਮੈਂ ਤਾਂ ਕਾਰ ਜਾਣਾ ਸੀ ਤੁਸਮੀ ਹੋਰ ਪਰੇਸ਼ਾਨੀ ਵੀ ਤੇ ਬਾਈ ਆਣਾ ਜਨਾ ਕੀ ਕਰ ਰਹੇ ਹੋ ਤੁਸੀਂ ਕਿੱਧਰ ਲੈ ਕੇ ਚੱਲੇ ਹੋ ਮੈਂ ਉਹ ਜਨਾਬ ਰੁਕੋ ਜਨਾਬ ਰੁਕੋ ਉਹ ਰੁਕੋ ਜਨਾਬ ਮੈਂ ਰੁਕੋ ਨਾ ਜਾਨ 1 ਸੈਕਿੰਡ ਸਰ 1 ਸੈਕਿੰਡ ਗੱਲ ਮੈਂ ਹਜੂਨ ਕੀ ਕਰਨੇ ਜਨਾਬ ਰੁਕੋ ਉਹ ਗੱਡੀ ਮੋੜ ਲਾ ਨੀ ਯਾਰ ਉਹ ਉਹ ਰੁਕੋ ਸਰ ਰੁਕੋ 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 ਨਾ ਸਰ ਕੀ ਯਾਰ ਕੈ ਤੂੰ ਇੱਕ ਬੰਦਾ ਮਰਨੇ ਆਲਾ ਹੌਸਪੀਟਲ ਹੀ ਰੁਕੋ ਰੁਕ ਰੁ ਓ ਜਨਾਬ ਮੇਰੇ ਆਪ ਨਹੀਂ ਘਰ ਦੀ ਪਰੇਸ਼ਾਨੀ ਆ ਤੁਸੀਂ ਤੁਸੀਂ ਜਾ ਕੇ ਬਚਾਓ ਨਾ ਅਸ ਥੋੜੇ ਆਨੇ ਆ ਤੁਸੀਂ ਕੋਈ ਹੋਰ ਕੋਈ ਇੰਤਜ਼ਾਮ ਕਰੋ ਨਾ ਹੋਰ ਬੰਦੇ ਦਾ ਹਸਨ ਕੇ ਨਾਲ ਸਾਡੇ ਕੋਲ ਉਸੇ ਬੜੀ ਤਕਰੀਰਾਂ ਕਰਨੇ ਸੋ ਲਾਲ ਕਿਲੇ ਖੜ ਲੈ ਖਲਤੇ ਨੇ ਸੋ ਓ ਜਨਾਬ ਮੈਂ ਮੰਨਾਂ ਤਾਂ ਸਾਡੀ ਗੱਲ ਮੇਦੇ ਗਈ ਚ ਮੈਂ ਕਿਤੇ ਮੈਂ ਉਹ ਕਿਤੇ ਫਲਾਨ ਦਾ ਡਰਗਾਂ ਦਾ ਬੀਰ ਜੀ ਜੀ ਬੀਰ ਜੀ ਜੀ ਕੀ ਆਖਨੇ ਹੋ ਫਰਮਾਓ ਨਾ ਤੁਸਾਂ ਕੋਲੋਂ ਜੀ ਖਾਲੀ ਜੀ ਦੋ ਬੋਤਲਾਂ ਖੂਨ ਨਹੀਂ ਮੰਗਿਆ ਕੀ ਕਰ ਰਹੇ ਜਨਾਬ ਇਹ ਕਿਆ ਰ ਤਰੀਕਾ ਹੋਇਆ ਕਿਸਨਾ ਖੂਨ ਤੁਸ ਆਪੂ ਜੀਦਾ ਦੀ ਹੋਣਾ ਖੂਨ ਮੇਰੇ ਕੋਲ ਕੇ ਮੰਗਨੇ ਤੂਸ ਇੱਕ ਰਾਗੀਰ ਬੰਦਾ ਤੂਸ ਪੋੜੀ ਤਾ ਉਸੀ ਆਹੇ ਚਲੋ ਹਸਪਤਾਲ ਤਾ ਚਲ ਕੇ ਤੂ ਬਗੈਰ ਖੂਨ ਦੇ ਮੇਰੇ ਕੋਲ ਖੂਨ ਦਿਮਾਗ ਖਰਾਬ ਕਰਨਾ ਪਰੇਸ਼ਾਨੀ ਹੈ ਤੂ ਤੂ ਦੇ ਯਾਰ ਮੈਂ ਤੂ ਹੀ ਥੋੜਾ ਵਾਰ ਆਖਿਆ ਓਏ ਮਾੜਾ ਖੂਨ ਮਾੜਾ ਓ ਸਾਈਡ ਹੋ ਜੀ ਛੋੜੋ ਛੋੜੋ ਥੋੜਾ ਉਧਰ ਦੇ ਇਹ ਵੀ ਕੀ ਕਰ ਰਿਹਾ ਜਨਾਬ ਇਹ ਥੋੜਾ ਤਰੀਕਾ ਨਾਲ ਜਨਾਬ ਇਹ ਰਾਗੀਰ ਬੰਦਾ ਪੋੜੀ ਤਾ ਤੂ ਉਸੀ ਬਿਠਾਈਦਾ ਆਹੋ ਚਲੋ ਖੂਨ ਦੇ ਖੂਨ ਦੇ ਇਹ ਕਾ ਤਰੀਕਾ ਆਇਆ ਓ ਯਾਰ ਤੂ ਹੀ ਮੈਂ ਦਸਾਂ ਗੱਲ ਤੂਸਾ ਕਿਸੇ ਬੰਦੇ ਮਾੜਾ ਮ ओ यार बहुत गाल करंदा करे के बंदे ओके okay, एवं लमरदारी मार रहे एक और के तरीका पोड़ के बंदे बिठाया था उसी के तो की कर लेता ताकि चल भाई खून दे खून दे पीछे आना यार इथे 2 मिनट गाल करना लाला जना मैं नहीं बैठना थारी गड्डी में असा ही असा ही ही नहीं परेशानी पे एक सेकंड एक सेकंड माड़ी गाल सुनो माड़ी गाल सुनो के सुना कोई मैं नहीं सुनना जनाब ओ यार मेरी गाल सुन नहीं लाला मैं मेरी एकल मेरी एकल मेरी ना के सुना थारी मैं की यानी खून दे पोड़ के मैं बिठा लेता गाड़ी मैं की यानी खून दे मैं मैं खून की देना हां जी क्यों नहीं देने ਮਾੜੇ ਤਾਂ ਸਾਡਾ ਖੂਨ ਖਟਾ ਖਟਾ ਸੁਣੋ ਨਾ ਯਾਰ ਮਾੜੇ ਖੂਨ ਜਲਾਲ ਬੋਤ ਹੈ ਮੈਂ ਕੋਈ ਇਹ ਦੋ ਬੋਤਲਾਂ ਦੇਖ ਖੂਨ ਨਹੀਂ ਕੱਲ ਉਹ ਬਲ ਹੋ ਜਾ ਸੀ ਠੀਕ ਕੋਈ ਆ ਸਾਡਾ ਗਮਾਂਡੀ ਅਸਾਂ ਆਪ ਅਸਾਂ ਸੁਣੋ ਨਾ ਜੀ ਉਹ ਜਰਾ ਕਿਸੇ ਨੇ ਜਾਨ ਬਚਾਈ ਅਸਾਂ ਸੁਣੋ ਨਾ ਜੀ ਸੁਣੋ ਸੁਣ ਸੁਣੋ ਨਾ ਅਸਾਂ ਨਾ ਅਸਾਂ ਨਾ ਜ਼ਮੀਨ ਦਾ ਝਗੜਾ ਠੀਕ ਹੈ ਜੀ ਇਸ ਲਈ ਮੈਂ ਉਹਨਾਂ ਕੋਈਆਂ ਭਾਰਾ ਜੀ ਜੇ ਮਾੜਾ ਖੂਨ ਉਧਰ ਟ੍ਰਾਂਸਫਰ ਹੋਈ ਪਈ ਆ ਹਾਂਜੀ ਹਾਂਜੀ ਕੋਈ ਆ ਭਾਰਾ ਹੋ ਜਾ ਸੀ ਠੀਕ ਉਹ ਬਲ ਹੋਈ ਤਾਂ ਮੋੜੀ ਮੀਂਹ ਸੀ ਤੇ ਫਿਰ ਜ਼ਰੂਰੀ ਹੈ ਉਸੇ ਖੂਨ ਦੇਣਾ ਯਾਰ ਇਨਸਾਨੀਅਤ ਵੀ ਤਾਂ ਕੋਈ ਚੀਜ਼ ਆ ਯਾਰ ਬਚਾ ਲਦਾ ਹੈ ਬੰਦਾ ਇਨਸਾਨੀਅਤ ਤੇ ਅਗਰ ਇਨਸਾਨੀ ਮਾੜਾ ਹੋ ਨਾ ਬਾੜ ਮਾਰਨਾ ਹੈਗਾ ਉਹ ਬਾੜ ਉਹ ਹਬਾਲ ਮਾਰਨਾ ਤਾਂ ਠੀਕ ਹੈ ਨਾ ਉਸਨੇ ਅੰਦਰ ਵੀ ਹਬਾਲ ਮਾਰਸੀ ਨਾ ਕੀ ਕਰ ਰਹੇ ਜਨਾਬ ਨਹੀਂ ਉਹ ਲਾਲਾ ਮੇਰੀ ਗੱਡੀ ਚਲਾ ਮਾੜੀ ਗੱਲ ਸੁਣ ਮਾੜੀ ਗੱਲ ਮਾੜੀ ਗੱਲ ਭਈਆ ਜੀ ਭਈਆ ਜੀ ਸ਼ੁਕਰੀਆ ਜਨਾਬ ਮੈਂ ਦੋ ਬੋਤਲਾਂ ਦੀ ਗੱਲ ਹੈ ਸਾਡੀ ਗੱਡੀ ਉੱਪਰ ਨਹੀਂ ਜਾਣਾ ਜਨਾਬ ਮੈਨੂੰ ਉਤਾਰੋ ਇੱਥੇ ਮੈਂ ਆਪਣੇ ਘਾਟ ਚਾਹ ਪਿਆਦਲ ਚਲਾ ਜਾਸਾਂ ਤਾਂ ਤੂੰ ਮੇਰੀ ਜਾਨ ਛੋੜੋ ਯਾਰ ਦੋ ਬੋਤਲਾਂ ਦੀ ਗੱਲ ਦੋ ਬੋਤਲਾਂ ਤੂੰ ਹੀ ਪੂਰੀ ਹੋ ਜਾਸਾਂ ਦੋ ਮਿੰਟ ਹੀ ਆਰਾਮ ਸਕੂਨ ਨਾਲ ਤੂੰ ਜ਼ਿੰਦਗੀ ਜਿਵੇਂ ਇੱਕ ਬੰਦੇ ਨੂੰ ਜਾਨ ਬਾਈ ਜਿਵੇਂ ਉਹ ਜਨਾਬ ਸ਼ੁਕਰੀਆ ਮੈਂ ਤੁਹਾਡੀ ਗੱਡੀ ਵੀ ਨਾ ਜਾਣਾ ਚਾਹਣਾ ਤੁਸੀਂ ਇਹ ਇੱਕ ਲਾਤਰੀ ਕੋ ਆਇਆ ਉੱਪਰ ਦੇ ਬੰਦੇ ਦਾ ਉੱਪਰੇ ਬੰਦੇ ਪੜਾ ਦੇ ਤੁਸੀਂ ਅੱਧੇ ਵਿੱਚ ਬਿਠਾ ਲੈਨੇ ਹੋ ਮੈਂ ਚਲੇ ਆ ਛੋੜੋ ਉਹ ਬੋਲ ਉਹ ਵੀਰ ਉਹ ਤੁਹਾਡੀ ਗੱਡੀ ਬਹਿਣਾ ਚਾਹਣਾ ਉਹ ਯਾਰ ਉਹ ਨਹੀਂ ਤੁਹਾਡੀ ਗੱਡੀ ਬਹਿਣਾ ਚਾਹਣਾ ਸਰ ਮਾਫ ਕਰੋ ਮੇਰੀ ਜਾਨ ਛੋੜੋ ਮੇਰੀ ਚਲੋ ਉਹ ਬਈ ਮੇਰੇ ਬੇ ਬਈਆ ਬਈਆ ਇੱਕ ਸੈਕਿੰਡ ਬਈਆ ਬਈਆ ਇੱਕ ਸੈਕਿੰਡ ਮਾੜੀ ਗੱਲ ਸੁਣੋ ਮਾੜੀ ਗੱਲ ਸੁਣੋ ਇਧਰ ਆਓ ਮਾੜੀ ਗੱਲ ਸੁਣੋ ਉਹ ਗੱਲ ਦਾ ਸੁਣਨਾ ਯਾਰਾ ਉਹ ਨਹੀਂ ਜਨਾ ਮੈਂ ਗੱਡੀ ਉਹ ਹਾਲੇ ਮਾੜੀ ਗੱਲ ਸੁਣਨਾ ਮੈਂ ਕੋਲ ਜਾਸਾਂ ਉਹ ਬਈ ਮੈਂ ਕੋਲ ਜਾਸਾਂ ਉਹ ਬਈਆ ਮੈਂ ਛੋੜ ਛੋੜ ਸਾਂ ਵੇ ਛੋੜ ਸੋ ਨਾ ਵੇ ਨਹੀਂ ਜਨਾਬ ਓਏ ਮੈਂ ਛੋੜ ਛੋੜ ਸੋ ਨਾ ਜਾਏ ਨਾ ਜਾਏ ਮੈਂ ਕਿਆ ਖਿਆ ਲਾ ਓਏ ਮੈਂ ਗੋਲ ਜਸਾ ਤੂੰ ਛੋੜੀ ਤਾਂ ਮੁੜੀ ਆਸ ਉਹ ਨਹੀਂ ਲੈਣੇ ਉਹ ਖੂਨ ਮੇਂ ਕਿਸੇ ਹੋਰੀ ਅੰਸਰ ਇਧਰ ਉਹ ਗੋਣੇ ਛੈ ਨਾ ਜੀ ਹੱਥ ਹੋ ਗਈ ਯਾਰ ਤੂੰ ਸਲੋ ਕੀਸਾ ਡਰਨੇ ਹੋ ਓਏ ਇੱਕ ਨਾ ਤਰੀਕਾ ਆਇਆ ਜਨਾਬ ਤੁਸੀਂ ਗੱਡੀ ਵੀ ਮੈਂ ਤੁਸੀਂ ਆਖਿਆ ਮੈਂ ਲੈ ਚਲੋ ਅਗਿਆ ਗੁੱਲ ਤੋੜੀ ਤਾਂ ਤੁਸੀਂ ਮੀ ਕਹਿ ਗਈ ਤਾਂ ਕਿ ਬਿਠਾਇਆ ਐਹ ਚਲੋ ਤੇ ਮੈਂ ਲੈ ਕੇ ਮੈਂ ਆਖਿਆ ਆਪਣੇ ਸਟੇਸ਼ਨ ਉੱਪਰ ਪੋ ਜਾਸਾਂ ਤਾਂ ਤੁਸੀਂ ਮੀ ਆਨੇ ਹਸਪਤਾਲ ਚੱਲ ਉਥੇ ਮੇਰਾ ਬੰਦਾ ਪਰੇਸ਼ਾਨ ਹੈ ਮੇਰਾ ਬੰਦਾ ਬਿਮਾਰ ਹੈ ਤੂੰ ਖੂਨ ਦੇਸ ਮੈਂ ਕਿਤੋਂ ਦੇਸਾ ਜਨਾਬ ਖੋਣ ਫਿਰ ਲੈਕਚਰ ਨਹੀਂ ਦੇਣਾ ਚੁੱਪ ਕਰੀ ਬੋ ਗੋਲ ਛੋੜਨਾ ਮੈਂ ਐਵੇਂ ਸੱਟੀ ਦਾ ਆਣਾ ਪਿਛੋ ਐਰਾ ਪਿਛੋ ਓ ਜਨਾਬ ਛੋੜਾ ਮੈਂ ਸਾਡੀ ਗੱਡੀ ਵਿੱਚ ਬਹਿਣਾ ਇਨਾ ਚਾਹੁੰਦਾ ਜਨਾਬ ਯਾਰ ਪਿਛਾ ਹੋ ਗਿਆ ਬੈ ਛੋੜਾ ਜਨਾਬ ਇਹ ਸਰ ਫੋਨ ਨਹੀਂ ਦੇਣਾ ਪਿਛੋਂ ਇਹ ਲੈਕਚਰ ਦੇਣੇ ਜਾਂ ਕਿਮਿਸਟਰੀ ਲੈਕਚਰ ਮਾਫ ਕਰੋ ਸਰ ਮਾਫ ਕਰੋ ਮੈਂ ਨਹੀਂ ਜਾਣਾ ਚਾਹਨਾ ਰੋਕੋ ਰੋਕੋ ਗੱਡੀ ਰੋਕੋ ਗੱਡੀ ਰੋਕੋ ਜਨਾਬ ਓ ਲਾਲਾ ਮੈਂ ਛੋੜੀ ਆਸ਼ਨਾ ਗੋਲ ਗੱਡੀ ਰੋਕੋ ਮੈਂ ਚਲਾ ਜਾਸਾ ਜਨਾਬ ਛੋੜੋ ਤੂੰ ਜਾ ਕੇ ਬੰਦੇ ਨਹੀਂ ਜਾਨ ਬਚਾਓ ਉਹ ਪਹਿਲਾਂ ਫਰਜ਼ ਹੈ ਉਹ ਜਾਓ ਦੇਖੋ ਦੇਖੋ ਜਿਹੜਾ ਇਨਸਾਨ ਦੂਜੇ ਦੀ ਮਦਦ ਨਾ ਕਰੇ ਉਸਨੇ ਜੀਣ ਕੋ ਆਕੇ ਨਾ ਮੈਂ ਖੋਨ ਦੇਣਾ ਨਾ ਤੂੰ ਦੇਣੇ ਹੋ ਠੀਕ ਹੈ ਅਸ ਦੋ ਹੀ ਹੁੰਦਾ ਨਹੀਂ ਨਾ ਦੇ ਦੇ ਨਹੀਂ ਦੇ ਦੇ ਨਹੀਂ ਦੇ ਦੇ ਅਸੀਂ ਮਰ ਜਾਣਾ ਚਾਹੀਦਾ ਆਪਾਂ ਮੈਂ ਠੋਕਣਾ ਗੱਡੀ ਆ ਠੋਕ ਉਹ ਜਨਾਬ ਇਹ ਕੀ ਕਰ ਰਹੇ ਜਨਾਬ ਉਹ ਰੁਕੋ ਰੁਕੋ ਖਾ ਲੈਣਾ ਉਹ ਰੁਕੋ ਜਨਾਬ ਮੈਂ ਬਾਲ ਬਚਾਇਆ ਘਰ ਆ ਆਪਣਾ ਉਹ ਕੀ ਕਰਨਾ ਹੈ ਜਨਾਬ ਖਾ ਲੈ ਤੂੰ ਜਾਣ ਦੇ ਬੰਨ ਮੈਂ ਆਪਣਾ ਬਾਲ ਖਰਾਬ ਹੈ ਸਰ ਇਹ ਤੁਸਾਂ ਲੋਕਾਂ ਨਾਲ ਉਹ ਜਨਾਬ ਮੈਂ ਆਪਣਾ ਤੁਸਾਂ ਮਦਦ ਕਰ ਰਹੇ ਹੋ ਲੋਕਾਂ ਦੀ ਕੋ ਮਦਦ ਕਰ ਰਹੇ ਹੋ ਤੁਸੀਂ ਹਾਸਾ ਬੋਲੋ ਜਨਾਬ ਹਾਸਾ ਬੋਲੋ ਜਨਾਬ ਇੱਕ ਤਰੀਕਾ ਆਇਆ ਸਰ ਕੋਈ ਤਰੀਕਾ ਮਦਦ ਕੀਤੀ ਕਰਦੇ ਸਰ ਇਹ ਕੀ ਕਰ ਰਹੇ ਹੋ ਜੀ ਇੱਕ ਤਰੀਕਾ ਤਰੀਕਾ ਨਾ ਇਨਸਾਨ ਨਾ ਮੈਂ ਫਿਰ ਤੁਸਾਂ ਦੁਬਾਰਾ ਬਿਠਾਈਦਾ ਤੁਸਾਂ ਕੀ ਕਰ ਰਹੇ ਹੋ ਇਸ ਸਾਈ ਜਲ ਛੋੜੋ ਮੇਰੀ ਜਾਨ ਛੋੜੋ ਮਾੜੀ ਗੱਲ ਸੁ ਮਾੜੀ ਗੱਲ ਸੁਣ ਕੇ ਗੱਲ ਸੁਣੋ ਮੇਰੀ ਬੇਰੀ ਬਹੁਤ ਜ਼ਿਆਦਾ ਹੋਈ ਆ ਮਾੜੀ ਗੱਲ ਸੁਣ ਯਾਰ ਨਹੀਂ ਜੀ ਕੀ ਹੋਇਆ ਮਾੜੀ ਗੱਲ ਸੁਣੋ ਕੀ ਗੱਲ ਕਹਿ ਸੁਣਾ ਨਿੱਕੀ ਜੀ ਗੱਲ ਸੁਣ ਨਹੀਂ ਗੱਲ ਕਹਿ ਸੁਣਾ ਨਿੱਕੀ ਜੀ ਗੱਲ ਹੈ ਕੀ ਕੀ ਖਾਲਿਆ ਮਾੜੀ ਅੱਖਾਂ ਹੀ ਅੱਖ ਮਾਰ ਕੀ ਆ ਰੱਖ ਮੈਂ ਕੀ ਆ ਅਰੇ ਦੇਖ ਹਾਂ ਜੀ ਹਾਂ ਜੀ ਕੀ ਆ ਹੁੰਦੇ ਸੈਂ ਆ ਇਥੋਂ ਨਹੀਂ ਪੜਨਾ ਜੀ ਇਹ ਕਿਹੜਾ ਤਰੀਕਾ ਹੋਇਆ ਉਹ ਮੂੰਹ ਹੀ ਨਹੀਂ ਆ ਰਖਾ ਦੇਣਾ ਤੋੜਾ ਮੂੰਹ ਕੋ ਸੈਂਸ਼ਾ ਨੇ ਮੂੰਹ ਹੈ ਤੂੰ ਮੂੰਹ ਲੋਕਾਂ ਬੰਦੇ ਤੱਕ ਕਿੱਧਰ ਚੜ ਜਾ ਰਿਹਾ ਕੋਈ ਤੂੰ ਸਹੀ ਉਸਤਾਦ ਨਹੀਂ ਲੱਭਾ ਉਸਤਾਦ ਖੋਨ ਨਹੀਂ ਦੇਣਾ ਹਾਂ ਮਰਨਾ ਵੀ ਨਹੀਂ ਤੂੰ ਖੋਨ ਵੀ ਨਹੀਂ ਦੇਣਾ ਫਰਜੀ ਦਾ ਫਾਇਦਾ ਆ ਕੋਈ ਸਾਈਡ ਕਰੋ ਉਧਰ ਹੱਥ ਸਾਈਡ ਕਰੋ ਐਵੇਂ ਕਾ ਮੂੜੀ ਮੂੜੀ ਦਾ ਮੂੰਹ ਲੋਚਨੇ ਆ ਅੱਜ ਬੈਠਾ ਰੋ ਜੋ ਕਰੀ ਮੈਂ ਬਨੇਰ ਨੂੰ ਬੋਨ ਕਰਨਾ ਗੱਡੀ ਕਿਆ ਬਨੇਰ ਨੂੰ ਬੋਨ ਕਰਨਿਆ ਤੂੰ ਸੇ ਰੋ ਕੋ ਇਨਸਾਨੀਅਤ ਨੇ ਨਾ ਸਾਰੇ ਅੰਦਰ ਇਨਸਾਨੀਅਤ ਹੀ ਨਹੀਂ ਇਨਸਾਨ ਹੀ ਬਠਾਣਿਆ ਦਾ ਤੂੰ ਸਿੱਕਾ ਕਰ ਰਿਹਾ ਜ਼ਬਰਦਸਤੀ ਚੱਲ ਜੀ ਫਲਾਣੇ ਜਾ ਚਲੋ ਠੀਕ ਹੈ ਮੈਂ ਚੱਲਿਆ ਕਿਆ ਕਰ ਰਿਹਾ ਜਨਾਬ ਮਾੜੀ ਗੱਲ ਸੁਣ ਉਹ ਨਹੀਂ ਭਾਈ ਮੈਂ ਕੱਖਰ ਚਲਿਆ ਇੱਕੜਾ ਤਰੀਕਾ ਆ ਜੀ ਜਨਾਬ ਯਾਰ ਇੱਕ ਛਿੱਸੀ ਬੋਤਲ ਇੱਕ ਬੋਤਲ ਇੱਕ ਛਿੱਸੀ ਦਿਮਾਗ ਖਰਾਬ ਹੋ ਕਿ ਦਿਮਾਗ ਖਰਾਬ ਹੈ ਨਾ ਤੇਰਾ ਠੀਕ ਹੈ ਐਵੇਂ ਨਹੀਂ ਮੈਂ ਮੇ ਬਿਠਾ ਕੇ ਇੱਥੇ ਤਾਂ ਇਹ ਗੱਲ ਸੁਣ ਲੈਰਾ ਉਹ ਭਾਈ ਮਾੜੀ ਗੱਲ ਦਾ ਸੁਣ ਲੈ ਮੈਂ ਕੋਈ ਗੱਲ ਨਾ ਕਰ ਰਿਹਾ ਮੈਂ ਭਾਈ ਉਹ ਗੱਲ ਦਾ ਸੁਣ ਲੈ ਉਹ ਨਹੀਂ ਭਾਈ ਛੋੜ ਇਧਰ ਲਾਲਾ ਮਾੜੀ ਗੱਲ ਸੁਣ 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 ਮੀ ਤੂੰ ਤਾਂ ਪੜ ਉਹ ਭਾਈ ਛੋੜ ਇਧਰ ਮੈਂ ਥੋੜਾ ਡੱਡਾ ਇਤਨਾ ਕਿੰਨਾ ਡੱਡਾ ਹੈ ਤੂੰ ਭਾਈ ਛੋੜ ਭਾਈ ਉਹ ਬਾਈ ਇਤਨਾ ਡੱਡਾ ਇਤਨਾ ਖੂਨ ਹੀ ਨਾ ਤੇਰੀ ਗੱਡੀ ਨੇ ਜਾਣਾ ਜਾ ਭਾਈ ਜਾਨ ਬਚਾ ਜਿਸਨੇ ਬਚਾਣਾ ਜਪਾ ਅੱਲਾਣੇ ਵਾਲਾ ਠੀਕ ਓ ਗੱਲ ਦੱਸ ਸੁਣ ਨੈਰਾ ਓ ਵਾ ਕੇ ਮਰ ਲਗਾ ਓਏ ਓਰੇ ਓਏ